ਸੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਇੱਕ ਵਾਰੀ ਫਿਰ ਤੁਹਾਨੂੰ ਲੈ ਕੇ ਆਇਆ ਸ਼ਵੇਮ ਮਾਲ। ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਗਿਮਾਈਨ ਦੇ ਉਲਤਨਤਾਲ ਕਮੂਨੇ ਵੱਲ ਦੀ ਉਲਤੀ ਮੂੰਹ, ਜਿੱਦਾਂ ਤੁਸੀਂ ਇੱਥੇ ਵੇਖ ਰਹੇ ਹੋਣੇ, ਜਿੱਥੇ ਇਹ ਲਿਖਿਆ ਹੋਇਆ ਹੈ ਇਹ ਸ਼ਵੇਮ ਮਾਲ ਉੱਪਰ ਸਕੀ ਏਰੀਆ ਜਿਹਦੀ ਇੱਥੇ ਇਨਫੋਰਮੇਸ਼ਨ ਦਿੱਤੀ ਗਈ ਹੈ ਕਦੋਂ ਤੋਂ ਲੈ ਕੇ ਕਦੋਂ ਤੱਕ ਖੁੱਲ੍ਹਾ ਇਹ ਵੀ। ਅਤੇ ਉੱਪਰ ਤੁਸੀਂ ਵੇਖ ਸਕਦੇ ਹੋ ਲਿਖਿਆ ਹੋਇਆ ਐਕਟ ਗੋਤ ਸਕੀ ਫੋਨ, ਥੱਲੇ ਇਟਾਲੀਅਨ 'ਚ ਲਿਖਿਆ ਵੋਇਸ ਸ਼ਿਆਰੇ ਵੇਰਾ ਮੈਨ ਅਤੇ ਬੇਨ ਹੈ, ਅਤੇ ਥੱਲੇ ਵਿਲਕੋਮਨ ਲਿਖਿਆ ਗਿਮਾਈਨ ਦੇ ਉਲਤਨ, ਉਸ ਤੋਂ ਬਾਅਦ ਬੇਨਵਨੂਤੋ ਨੇ ਕਮੂਨੇ ਦੀ ਉਲਤੀਮ। ਠੀਕ ਹੈ ਜੀ, ਅੱਗੇ ਵੀਡੀਓ ਸ਼ੁਰੂ ਕਰਦੇ ਹੁਣ। ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਮੇਰੇ ਪਿੱਛੇ ਪਿੰਡ ਹੈ ਕੁੱਪਲਵਿਸ ਪ੍ਰਾਕੂਪੋਲਾ, ਜੋ ਕਿ ਕਮੂਨਾ ਉਲਤੀਮੋ ਅਤੇ ਗਿਮਾਈਨ ਦੇ ਉਲਤਨ ਉਹਦੇ ਅੰਡਰ ਆਉਂਦਾ ਹੈ। ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਲੇਕ ਜਾਂ ਉਹ ਡੈਮ ਜਿਹੜਾ ਹੋ ਗਿਆ ਸੀ ਫਰੋਜ਼ਨ, ਜਿਹੜਾ ਪਾਣੀ ਉਹਦਾ ਜੰਮ ਚੁੱਕਾ ਸੀ। ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਕਿ ਇੱਥੋਂ ਜਿਹੜੀ ਸ਼ਵੇਮ ਮਾਲਮ ਨੂੰ ਜੋ ਵੀ ਜ਼ਾਇਲਬਾਨ ਕਾਬੀਨੋਵੀਆ ਜਿਹੜੀ ਇੱਥੋਂ ਜਾਂਦੀ ਅਤੇ ਇੰਗਲਿਸ਼ 'ਚ ਕੇਬਲ ਕਾਰ ਕਹਿ ਲਓ, ਅਤੇ ਹੋ ਸਕਦਾ ਤੁਹਾਨੂੰ ਇੱਥੋਂ ਦੇਖਦੀ ਵੀ ਹੋਵੇ। ਇੱਕ ਵਾਰੀ ਫਿਰ ਤੁਹਾਨੂੰ ਇੱਥੋਂ ਦੀ ਜਾਣਕਾਰੀ ਦੇ ਦਈਏ, ਜਿਹੜੀ ਵੀ ਦੋਸਤ ਮਿੱਤਰ ਇੱਥੇ ਵਿਜ਼ਿਟ ਕਰਨਾ ਚਾਹੁੰਦੇ, ਜੇ ਤਾਂ ਉਹਨਾਂ ਕੋਲ ਕਾਰ ਹੈ ਕੋਈ ਆਪਣਾ ਸਾਧਨ ਹੈ, ਫਿਰ ਤਾਂ ਸ਼ਵੇਮ ਮਾਲਮ ਦੀ ਲੋਕੇਸ਼ਨ ਪਾ ਲਓ, ਚਾਹੇ ਕੁੱਪਲਵਿਸ ਗੂਗਲ ਮੈਪ 'ਤੇ ਜਿੱਥੇ ਵੀ ਲਿਖ ਲਓ, ਹੈ ਨਾ। ਅਤੇ ਜੇ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਨਾ ਚਾਹੁੰਦੇ ਹੋ ਤਾਂ ਸੈਂਟਰ ਜੋ ਵੀ ਹੈਗਾ ਉਹ ਤੁਹਾਨੂੰ ਪਹਿਲਾਂ ਬੁਲਜਾਨੋ ਹੀ ਆਉਣਾ ਪਏਗਾ, ਬੁਲਜਾਨੋ ਬੋਜ਼ਨ, ਬੁਲਜਾਨੋ ਆਉਣਾ ਪਏਗਾ। ਬੁਲਜਾਨੋ ਤੋਂ ਤੁਸੀਂ ਟ੍ਰੇਨ ਲੈ ਕੇ, ਟ੍ਰੇਨ ਇਟਾਲੀਆ, ਤੁਸੀਂ ਜਾਣਾ ਹੈ ਮਿਰਾਨ, ਚਾਹੇ ਤਾਂ ਮਿਰਾਨ ਚੈਂਤਰਾਲੇ ਮੇਨ ਮਿਰਾਨ ਉੱਥੇ ਉੱਤਰ ਜਾਓ, ਅਤੇ ਚਾਹੇ ਉੱਤਰ ਜਾਓ ਮਿਰਾਨ ਉਨਤਾ ਮਾਈਸ ਮਿਰਾਨੋ ਮਾਈਆ ਬਾਸਾ, ਚਾਹੇ ਉੱਥੇ ਉੱਤਰ ਜਾਓ, ਚਾਹੇ ਮਾਈਆ ਬਾਸਾ ਉਨਤਾ ਮਾਈਸ ਚਾਹੇ ਮਿਰਾਨ ਮਿਰਾਨੋ, ਉੱਥੋਂ ਬੱਸ ਲੈਣੀ ਹੈ 245 ਨੰਬਰ ਬੱਸ ਲੈ ਕੇ, ਅਤੇ ਉਹ 245 ਨੰਬਰ ਬੱਸ ਆਏਗੀ ਇੱਥੇ। ਇੱਥੇ ਜਾਂ ਤਾਂ ਤੁਸੀਂ ਕੁੱਪਲਵਿਸ ਪਿੱਛੇ ਵੇਖ ਰਹੇ ਹੋ ਤੁਸੀਂ ਪਿੰਡ, ਜਾਂ ਤਾਂ ਉੱਥੇ ਉੱਤਰ ਜਾਣਾ ਪ੍ਰਾਕੂਪੋਲਾ, ਜਾਂ ਫਿਰ ਇਹ ਸ਼ਵੇਮ ਮਾਲਮ। ਸ਼ਵੇਮ ਮਾਲਮ ਕੇਬਲ ਕਾਰ ਦਾ ਸਟੋਪ ਹੈ ਇਹ ਸ਼ਵੇਮ ਮਾਲਮ, ਇੱਥੋਂ ਚੱਲਦੀ ਕੇਬਲ ਕਾਰ, ਇਹ ਸਾਰੀ ਇਹਦੀ ਪਾਰਕਿੰਗ ਹੈ ਇੱਥੇ ਗੱਡੀਆਂ ਪਾਰਕ ਕਰਨ ਵਾਸਤੇ, ਸਾਰੀ ਹੀ ਪਾਰਕਿੰਗ ਹੈ ਜਿੰਨੀ। ਇੱਕ ਬਹੁਤ ਵਧੀਆ ਟੂਰਿਸਟ ਪਲੇਸ ਗਰਮੀਆਂ ਦੇ ਵਿੱਚ ਅਤੇ ਠੰਡਾਂ ਦੇ ਵਿੱਚ ਸਕੀ ਸਪੋਟ, ਬਹੁਤ ਹੀ ਵਧੀਆ ਇੱਕ ਸਕੀ ਸਪੋਟ ਹੈਗਾ ਹੈ, ਜੋ ਕਿ ਬਾਕੀ ਤੁਸੀਂ ਉੱਧਰ ਵੇਖ ਰਹੇ ਹੋ, ਵੇਖੋ ਕਾਫੀ ਲੋਕ ਨੇ ਇੱਧਰ, ਗੱਡੀਆਂ ਅਜੇ ਗੱਡੀਆਂ ਥੋੜ੍ਹਾ ਹੈ, ਵਾਇਨਾਖਤ ਜਾਂ ਨਤਾਲੇ ਤੋਂ ਬਾਅਦ ਫਿਰ ਲੋਕ ਆਉਣੇ ਸ਼ੁਰੂ ਹੋਣਗੇ ਇੱਥੇ, ਅਤੇ ਬਹੁਤਾ ਜ਼ਿਆਦਾ ਜਿਹੜਾ ਟੂਰਿਸਟ ਆ ਉਹ ਜਰਮਨ ਆਸਟਰੀਆ ਤੋਂ ਇੱਥੇ ਆਉਂਦਾ ਸਕੀ ਕਰਨ, ਅਤੇ ਇਟਲੀ ਤੋਂ ਚਲੋ ਆਉਣਾ ਹੀ ਆਉਣਾ ਸਭ ਨੇ, ਅਤੇ ਬਾਕੀ ਅੱਗੇ ਤੁਹਾਨੂੰ ਬਣਾਉਂਦੇ ਹਾਂ। ਸੋ ਬਹੁਤ ਹੀ ਵਧੀਆ ਇਹ ਕਮੂਨਾ ਗਿਮਾਈਨ ਦੇ ਜੋ ਵੀ ਹੈ 1200 ਮੀਟਰ ਦੀ ਉਚਾਈ 'ਤੇ ਹੈਗਾ ਹੈ, ਅਤੇ ਅੱਗੇ ਤੁਹਾਨੂੰ ਵਿਖਾਉਂਦੇ ਹਾਂ। ਬਹੁਤ ਹੀ ਜ਼ਿਆਦਾ ਭੀੜ ਹੈ, ਬੱਚਿਆਂ ਨੂੰ ਲੈ ਕੇ ਆਏ ਨੇ ਲੋਕ,
ਬੱਚੇ ਵੀ ਇੱਥੇ ਰੋਡਲ ਕਰਦੇ ਨੇ ਸਕੀ ਕਰਦੇ ਨੇ ਜੋ ਵੀ ਅੱਗੇ ਇਨਫੋਰਮੇਸ਼ਨ ਲੈਣੀ ਹੈ ਉਹ ਸਾਰੀ ਤੁਸੀਂ ਇੱਥੋਂ ਲੈ ਸਕਦੇ ਹੋ ਅਤੇ ਬੱਸਾਂ ਦੇ ਟਾਈਮ ਆ ਸਾਰੇ 245 ਜੋ ਵੀ ਮਿਰਾਨ ਮਿਰਾਨੋ ਨੂੰ ਜਾਂਦੀਆਂ ਜੋ ਉੱਥੋਂ ਆਉਂਦੀਆਂ ਸੰਤ ਗੇਤਰੋਇਦ ਜਾਂ ਸੰਤਾ ਗੇਤਰੂ ਦੇ ਉੱਥੇ ਅੱਗੇ ਜਾਂਦੀਆਂ ਇੱਥੋਂ ਸਾਰੀ ਇਨਫੋਰਮੇਸ਼ਨ ਇੱਥੋਂ ਟਿਕਟ ਲੈਣੀ ਬਸ ਅੱਜ ਦੇ ਵਾਸਤੇ ਇੰਨਾ ਹੀ ਅਤੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਉੱਪਰ ਸ਼ਵੇਮ ਵਾਲਮ ਜਿੱਥੇ ਸਕੀ ਹੁੰਦੀ ਆ ਉੱਥੇ ਲੈ ਕੇ ਜਾਵਾਂਗੇ ਤਦ ਤੱਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਫਿਰ ਧੰਨਵਾਦ ਜੀ।